ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਤੇ ਹੁਣ ਆਪਾਂ ਲੈ ਕੇ ਆਏ ਹਾਂ ਪੀਐਸਸੀ ਬੋਰਡ ਦਾ ਕਲਾਸ 8th ਦਾ ਇੰਗਲਿਸ਼ ਦਾ ਸੈਂਪਲ ਪੇਪਰ ਹਾਂਜੀ ਦੋਸਤੋ ਜਿਹੜਾ ਤੁਹਾਡੇ ਪ੍ਰੀ ਬੋਰਡ ਦੇ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ ਇਸ ਕਰਕੇ ਉਸ ਵਿੱਚ ਜਿਹੜੇ ਤੁਹਾਨੂੰ ਆਪਾਂ ਕੁਐਸਚਨ ਕਰਾਵਾਂਗੇ ਵੈਰੀ ਵੈਰੀ ਇੰਪੋਰਟੈਂਟ ਨੇ ਤੁਹਾਡੇ ਪੇਪਰ ਵਿੱਚ ਵੀ ਆ ਸਕਦੇ ਨੇ ਇਸ ਕਰਕੇ ਤੁਹਾਨੂੰ ਦੱਸ ਦਈਏ ਜਿਹੜਾ ਇਹ ਪੇਪਰ ਆ ਰੀਅਲ ਪੇਪਰ ਨਹੀਂ ਹੈਗਾ ਪ੍ਰੀ ਬੋਰਡ ਦਾ ਇਹ ਇੱਕ ਸੈਂਪਲ ਪੇਪਰ ਹੈ ਤੇ ਇਸ ਤਰ੍ਹਾਂ ਇਹ ਤੁਹਾਡੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਆਪਾਂ ਤੁਹਾਨੂੰ ਕਰਾਣੇ ਆ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗੀ ਘੰਟੀ ਨੂੰ ਕਰ ਦਿਓ ਪ੍ਰੈਸ ਤੇ ਚਲੋ ਫਿਰ ਸ਼ੁਰੂ ਕਰਦੇ ਆਪਨੀ ਵੀਡੀਓ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਪੇਪਰ ਹੈ ਤੁਹਾਡਾ ਟਰਮ 2 ਕਲਾਸ 8th ਸਬਜੈਕਟ ਇੰਗਲਿਸ਼ ਮਾਡਲ ਟੈਸਟ ਪੇਪਰ ਹੈ ਤੁਹਾਡਾ ਜਿਹੜਾ ਹੈਗਾ ਤੁਹਾਡਾ 40 ਨੰਬਰਾਂ ਦਾ ਤੇ ਟਾਈਮ ਦਿੱਤਾ ਜਾਊਗਾ ਤੁਹਾਨੂੰ 2 ਘੰਟਿਆਂ ਦਾ ਠੀਕ ਹੈ ਜੀ ਅੱਗੇ ਆਪਾਂ ਤੁਹਾਨੂੰ ਸੈਕਸ਼ਨ A ਆ ਜਾਂਦਾ ਰੀਡਿੰਗ ਸਕਿਲਸ ਸੈਕਸ਼ਨ A ਵਿੱਚ ਤੁਹਾਨੂੰ 5 ਨੰਬਰਾਂ ਦਾ ਇੱਕ ਪੈਰਾਗ੍ਰਾਫ ਦਿੱਤਾ ਜਾਊਗਾ ਜਿਸ ਵਿੱਚ ਤੁਹਾਨੂੰ ਕੁਐਸਚਨ ਲੱਭ-ਲੱਭ ਕੇ ਕਰਨੇ ਨੇ ਆਂਸਰ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਤੁਸੀਂ ਪੜ੍ਹ ਸਕਦੇ ਹੋ ਜਿਹੜੇ ਤੁਹਾਡੇ ਪੈਰਾਗ੍ਰਾਫ ਵਿੱਚੋਂ ਦਿੱਤੇ ਹੋਣਗੇ ਤੇ ਤੁਹਾਨੂੰ ਫਾਈਂਡ ਆਊਟ ਕਰਕੇ ਉਹਨਾਂ ਦੇ ਆਂਸਰ ਲਿਖਣੇ ਨੇ ਤੇ ਸੈਕਸ਼ਨ B ਵਿੱਚ ਆ ਜਾਂਦਾ ਮਾਈ ਇੰਗਲਿਸ਼ ਕੰਪੈਨੀਅਨ ਇਹ ਹੈਗਾ ਤੁਹਾਡਾ 4 ਨੰਬਰਾਂ ਦਾ ਇਹ ਤੁਹਾਡੀ ਬੁੱਕ ਵਿੱਚੋਂ ਆਊਗਾ ਜਿਹੜੇ ਤੁਹਾਡੇ ਬੁੱਕ ਵਿੱਚ ਚੈਪਟਰ ਵੀ ਲਿਖੇ ਹੋਏ ਨੇ ਕਿਹੜੇ-ਕਿਹੜੇ ਚੈਪਟਰਾਂ 'ਚ ਦ ਪੰਜਾਬ ਅ ਗਲਿੰਪਸ ਕਲਿੰਪਸ ਇਹ ਜਿਹੜੇ ਤੁਹਾਡੇ ਚੈਪਟਰ ਕਰਾਏ ਹੋਏ ਨੇ ਤੁਹਾਨੂੰ ਉਹਨਾਂ ਚੈਪਟਰ ਵਿੱਚੋਂ ਆਣਗੇ ਕੁਐਸਚਨ ਅਤੇ ਅੱਗੇ ਆ ਜਾਂਦਾ ਤੀਜਾ ਰਾਈਟ ਡਾਊਨ ਦਾ ਮੀਨਿੰਗ ਆਫ ਐਨੀ 2 ਵਰਡਸ ਇਨ ਪੰਜਾਬੀ ਐਂਡ ਹਿੰਦੀ ਹਾਂਜੀ ਮਿੱਤਰੋ ਇਹਨਾਂ ਵਿੱਚ ਜਿਵੇਂ ਡਿਲਾਈਟ ਦਿੱਤਾ ਹੋਇਆ ਇਹਨੂੰ ਪੰਜਾਬੀ ਤੇ ਹਿੰਦੀ ਵਿੱਚ ਲਿਖਣਾ ਵੀ ਇਹਦਾ ਮਤਲਬ ਕੀ ਹੈ ਤੇ ਅੱਗੇ ਤੁਹਾਨੂੰ ਆਣਣਗੀਆਂ ਫਿਲ ਇਨ ਦਾ ਬਲੈਂਕਸ ਇੱਥੇ ਤੁਹਾਨੂੰ ਫਿਲ ਕਰਨੀਆਂ ਨੇ ਬਲੈਂਕਸ ਤੇ ਅੱਗੇ ਆ ਜਾਂਦਾ ਜਿਹੜੀ ਜਿਹੜੀ ਤੁਹਾਨੂੰ ਪੋਇਮ ਨੇ ਉਹਦੇ ਵਿੱਚੋਂ ਕੁਐਸਚਨ ਪੁੱਛੇ ਗਏ ਨੇ ਤੇ ਅੱਗੇ ਆ ਜਾਂਦਾ ਮੇਕ ਸੈਂਟੈਂਸ ਆਫ ਐਨੀ 2 ਵਰਡਸ ਹਾਂਜੀ ਮਿੱਤਰੋ ਇਹਨਾਂ ਦੇ ਦੋ ਵਰਡਸ ਤੇ ਤੁਹਾਨੂੰ 8 ਸੈਂਟੈਂਸ ਬਣਾਉਣੇ ਨੇ ਯਾਨਕੀ ਵਾਕ ਬਣਾਉਣੇ ਨੇ ਹਿੰਦੀ ਵਿੱਚ ਤੁਹਾਨੂੰ ਦੱਸ ਦਈਏ ਤੇ ਅੱਗੇ ਇਹਦਾ ਸੈਕਸ਼ਨ ਸੀ ਵੋਕੈਬਲਰੀ ਵੋਕੈਬਲਰੀ ਯਾਨਕੀ ਜੇ ਫਿਲਪਸ ਉੱਪਰ ਨਹੀਂ ਹੈ ਤੁਹਾਨੂੰ ਅੱਗੇ ਇਹਦਾ ਸੈਕਸ਼ਨ ਡੀ ਟਰਾਂਸਲੇਸ਼ਨ ਗ੍ਰਾਮਰ ਐਂਡ ਕੰਪੋਜੀਸ਼ਨ ਇਹ ਵਿੱਚ ਵੀ ਚਾਊਗਾ ਤੁਹਾਡਾ ਗ੍ਰਾਮਰ ਦਾ ਵਰਕ ਯਾਨਕੀ ਪਹਿਲਾਂ ਦਿੱਤਾ ਹੋਇਆ ਇਹਨਾਂ ਨੇ ਟਰਾਂਸਲੇਸ਼ਨ ਐਨੀ 2 ਆਫ ਦਾ ਫੋਲੋਇੰਗ ਸੈਂਟੈਂਸਿਸ ਇੰਟੂ ਪੰਜਾਬੀ ਐਂਡ ਹਿੰਦੀ ਇਸ ਵਿੱਚੋਂ ਜਿਹੜੇ ਕੋਈ ਵੀ ਦੋ ਸੋ ਟੈਂਸ ਨੂੰ ਤੁਹਾਨੂੰ ਪੰਜਾਬੀ ਵਿੱਚ ਲਿਖਣਾ ਹੈ ਅੱਗੇ ਆਜੂਗਾ ਵੀ ਜਿਹੜਾ ਤੁਹਾਨੂੰ ਦਿੱਤਾ ਹੋਇਆ ਪੰਜਾਬੀ ਤੇ ਹਿੰਦੀ ਵਿੱਚ ਇਹਨਾਂ ਨੂੰ ਤੁਸੀਂ ਇੰਗਲਿਸ਼ ਵਿੱਚ ਲਿਖਣਾ ਇਸ ਤਰ੍ਹਾਂ ਦਾ ਟਰਾਂਸਲੇਸ਼ਨ ਹੁੰਦੀ ਹੈ ਤੇ ਅੱਗੇ ਮਿੱਤਰੋ ਆ ਜਾਂਦਾ ਹੈ ਸਿਲੈਕਟ ਦ ਕਰੈਕਟ ਵਰਬ ਵਰਬਸ ਪਰਣੀਆਂ ਨੇ ਇਸ ਵਿੱਚ ਤੁਹਾਨੂੰ ਤੇ ਟੈਂਸ ਟੈਂਸ ਆ ਜਾਣਗੇ ਗ੍ਰਾਮਰ ਰਾਈਟ ਤੋਂ ਬਰਕ ਹੁੰਦਾ ਤੇ ਅੱਗੇ ਆ ਜਾਂਦਾ ਚੇਂਜ ਦ ਵਾਇਸ ਵਾਇਸ ਆਜੂਗੀ ਵਾਇਸ ਚੇਂਜ ਕਰਨੀ ਹੈ ਮੀਨਾ ਰੋਟ ਲੈਟਰ ਅ ਲੈਟਰ ਰੋਟ ਬਾਏ ਮੀਨਾ ਇਦਾਂ ਦੀ ਵਾਇਸ ਹੁੰਦੀ ਹੈ ਤੁਹਾਨੂੰ ਪਤਾ ਹੋਵੇਗਾ ਅਤੇ ਅੱਗੇ ਆ ਜਾਂਦਾ ਨੋਮਾ ਪੈਰਾਗ੍ਰਾਫ ਇਸ ਵਿੱਚ ਤੁਹਾਨੂੰ ਦੋ ਦਿੱਤੇ ਹੋਣਗੇ ਤੁਹਾਨੂੰ ਪੈਰਾਗ੍ਰਾਫ ਉਹਨਾਂ ਵਿੱਚ ਇੱਕ ਪੈਰਾਗ੍ਰਾਫ ਕਰਨਾ ਤੇ ਅਗੈਂਦਾ ਲੈਟਰ ਲੈਟਰ ਵੀ ਇਮੀ ਕਰਨਾ ਦੋ ਦਿੱਤੇ ਹੋਣਗੇ ਇੱਕ ਕਰਨਾ ਹੈ 5 ਨੰਬਰ ਦਾ ਲੈਟਰ ਤੇ ਪੈਰਾਗ੍ਰਾਫ 4 ਨੰਬਰ ਦਾ ਅਗੈਂਦਾ ਮਿੱਤਰੋ ਨਿਊਜ਼ਪੇਪਰ ਹੈਡਲਾਈਨਸ ਪੀਐਮ ਲਾਂਚ ਇਹ ਤੁਹਾਡਾ ਕਰਾਇਆ ਹੋਵੇਗਾ ਤੁਹਾਨੂੰ ਪਤਾ ਹੋਵੇਗਾ ਤੇ ਅਗੈਂਦਾ ਡਾਇਲੋਗ ਰਾਈਟਿੰਗ ਤੇ ਇਹ ਵੀ ਤੁਹਾਨੂੰ ਕਰਾਇਆ ਹੋਵੇਗਾ ਅਗੈਂਦਾ ਮਿੱਤਰੋ ਮਾਰਕ ਫੋਰ ਗੁੱਡ ਹੈਂਡ ਰਾਈਟਿੰਗ ਦੋ ਨੰਬਰ ਤੁਹਾਨੂੰ ਗੁੱਡ ਹੈਂਡ ਰਾਈਟਿੰਗ ਦਿੱਤੇ ਜਾਣਗੇ ਇਹ ਤੁਹਾਡੇ ਫਰੀ ਦੇ ਨੰਬਰ ਲਾ ਲਓ ਵਧੀਆ ਤੁਸੀਂ ਕਰੋਗੇ ਤੁਹਾਡਾ ਪੇਪਰ ਹੈਂਡਰਾਈਟਿੰਗ ਵਧੀਆ ਹੋਊਗੀ ਤਾਂ ਤੁਹਾਨੂੰ 2 ਨੰਬਰ ਮਿਲ ਜਾਣਗੇ ਤੇ ਜੇ ਮਿੱਤਰੋ ਤੁਹਾਨੂੰ ਇਸ ਤੇ ਸੋਲੂਸ਼ਨ ਚਾਹੀਦੇ ਨੇ ਆਪਾਂ ਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਆਪਾਂ ਸੋਲੂਸ਼ਨ ਦੀ ਵੀਡੀਓ ਵੀ ਜਲਦੀ ਲੈ ਕੇ ਆਵਾਂਗੇ ਤੇ ਤੁਹਾਡਾ ਜੇ ਕੋਈ ਹੋਰ ਪੇਪਰ ਚਾਹੀਦਾ ਕੋਈ ਕਿਸੇ ਵੀ ਕਲਾਸ ਦਾ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਉਹ ਤੁਹਾਡੇ ਲਈ ਵੀ ਆਪਾਂ ਲੈ ਕੇ ਆਵਾਂਗੇ ਜਲਦੀ ਹੀ ਇਸ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਪਣੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਕਮੈਂਟ ਕਰਕੇ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਤੇ ਚਲ